ਹਾਂਜੀ ਦੋਸਤੋ, ਸਭ ਦਾ ਸਵਾਗਤ ਹੈ ਜੀ ਅਤੇ ਹਾਜ਼ਰ ਹਾਂ ਜੀ ਇੱਕ ਖੇਤੀਬਾੜੀ ਨਾਲ ਜੁੜੀ ਹੋਈ ਬਹੁਤ ਹੀ ਅਹਿਮ ਖਬਰ ਲੈ ਕੇ, ਜਿਸ ਨੂੰ ਕਿਸਾਨ ਵੀਰ, ਵਪਾਰੀ, ਦੁਕਾਨਦਾਰ ਪੂਰੇ ਧਿਆਨ ਨਾਲ ਸੁਣ ਲੈਣ, ਜੋ ਕਿ ਬਹੁਤ ਹੀ ਵੱਡਾ ਆਉਣ ਵਾਲਾ ਖਤਰਾ ਹੈ ਕਿਸਾਨੀ ਅਤੇ ਨਾਲ ਨਾਲ ਜਿਹੜੇ ਵਪਾਰੀ ਵਰਗੇ ਉਹਨਾਂ ਵਾਸਤੇ। ਪੰਜਾਬ ਨੂੰ ਨਵੀਂ ਵਪਾਰ ਸੰਧੀ ਦਾ ਖਮਿਆਜ਼ਾ ਭੁਗਤਣਾ ਪਵੇਗਾ। ਆਸਟ੍ਰੇਲੀਆ, ਨਿਊਜ਼ੀਲੈਂਡ ਅਤੇ ਚੀਨ ਵੱਲੋਂ ਭਾਰਤ 'ਤੇ ਦਬਾਅ ਬਣਾਇਆ ਜਾ ਰਿਹਾ ਹੈ ਕਿ ਰੀਜਨਲ ਕੰਪ੍ਰਹੈਸਿਵ ਇਕਨੋਮਿਕ ਪਾਰਟਨਰਸ਼ਿਪ ਟ੍ਰੀਟੀ ਤਹਿਤ ਦੇਸ਼ ਅੰਦਰ ਇਹਨਾਂ ਦੇਸ਼ਾਂ ਤੋਂ ਆਉਣ ਵਾਲੀਆਂ 85% ਵਸਤਾਂ 'ਤੇ ਟੈਕਸ ਮਾਫ਼ ਕੀਤਾ ਜਾਵੇ। ਜੇਕਰ ਅਜਿਹਾ ਹੋ ਗਿਆ ਤਾਂ ਹਰ ਪੱਖੋਂ ਇਹ ਦੇਸ਼ ਦੇ ਅਨਾਜ ਭੰਡਾਰ ਪੰਜਾਬ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕਰੇਗਾ। RCEP ਏਸ਼ੀਆ ਪ੍ਰਸ਼ਾਂਤ ਖੇਤਰ ਦੇ 16 ਦੇਸ਼ਾਂ ਦਰਮਿਆਨ ਹੋਇਆ ਇੱਕ ਵੱਡਾ ਵਪਾਰਕ ਸਮਝੌਤਾ ਹੈ। ਏਸ਼ੀਆ ਦੇ 10 ਦੇਸ਼ ਇਸ ਦੇ ਮੈਂਬਰ ਹਨ ਅਤੇ ਮੰਨਿਆ ਜਾਂਦਾ ਹੈ ਕਿ ਇਹ ਸਮਝੌਤਾ 2019 ਦੇ ਜੂਨ ਤੋਂ ਲਾਗੂ ਹੋ ਸਕਦਾ ਹੈ। ਅਜਿਹੇ ਸਮੇਂ ਵਿੱਚ ਜਦੋਂ ਖੇਤੀਬਾੜੀ ਵੱਡੇ ਕਿਸਾਨੀ ਸੰਕਟ 'ਚੋਂ ਲੰਘ ਰਹੀ ਹੈ ਅਤੇ ਉਤਪਾਦਨ ਖੇਤਰ ਵੀ ਬੁਰੀ ਤਰ੍ਹਾਂ ਕਮਜ਼ੋਰ ਹੋ ਚੁੱਕਾ ਹੋਵੇ, ਤਾਂ ਚੀਨ, ਆਸਟ੍ਰੇਲੀਆ, ਨਿਊਜ਼ੀਲੈਂਡ ਅਤੇ ਪੂਰਬੀ ਏਸ਼ੀਆ ਦੇ ਦੇਸ਼ਾਂ ਤੋਂ ਆਉਣ ਵਾਲੀਆਂ ਕਰ ਮੁਕਤ ਸਬਜ਼ੀਆਂ, ਦੁੱਧ, ਚੌਲ, ਕਣਕ, ਫਲ, ਚੀਨੀ ਆਦਿ ਵਸਤਾਂ ਖੇਤੀਬਾੜੀ 'ਚ ਮੋਢੀ ਸੂਬਿਆਂ ਦੇ ਖੇਤੀਬਾੜੀ 'ਤੇ ਨਿਰਭਰ ਪਰਿਵਾਰਾਂ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕਰ ਦੇਣਗੀਆਂ। ਪਹਿਲਾਂ ਹੀ ਕਈ ਕਿਸਾਨ ਜਥੇਬੰਦੀਆਂ ਚੇਤਾਵਨੀ ਦੇ ਚੁੱਕੀਆਂ ਹਨ ਕਿ ਵੱਡੇ ਅਰਥਚਾਰਿਆਂ ਭਾਵ ਚੀਨ ਅਤੇ ਆਸਟ੍ਰੇਲੀਆ ਤੋਂ ਸਸਤੇ ਭਾਅ 'ਤੇ ਆਉਣ ਵਾਲੀਆਂ ਵਸਤਾਂ, ਇੱਥੋਂ ਦੇ ਕਿਸਾਨਾਂ ਵੱਲੋਂ ਉਗਾਈਆਂ ਜਾਣ ਵਾਲੀਆਂ ਫਸਲਾਂ ਜਿਵੇਂ ਕਿ ਦਾਲਾਂ, ਸਬਜ਼ੀਆਂ, ਆਲੂਆਂ ਅਤੇ ਮਸਾਲਿਆਂ ਆਦਿ ਨੂੰ ਸੜਕਾਂ 'ਤੇ ਰੋਣ ਲਈ ਮਜਬੂਰ ਕਰ ਸਕਦੀਆਂ ਨੇ। RCEP ਦਾ ਇਹ ਵੱਡਾ ਸਮਝੌਤਾ ਏਸ਼ੀਆ ਦੇ 10 ਦੇਸ਼ਾਂ ਵਿਚਕਾਰ ਹੋਇਆ ਹੈ, ਜਿਨ੍ਹਾਂ ਵਿੱਚ ਜਪਾਨ, ਚੀਨ, ਦੱਖਣੀ ਕੋਰੀਆ, ਆਸਟ੍ਰੇਲੀਆ, ਨਿਊਜ਼ੀਲੈਂਡ ਅਤੇ ਭਾਰਤ ਮੁਕਤ ਵਪਾਰ ਸਮਝੌਤੇ ਦੇ ਮੈਂਬਰ ਹਨ। ਇਸ ਸਮਝੌਤੇ ਦੀ ਵਿਆਪਕਤਾ ਦਾ ਅੰਦਾਜ਼ਾ ਇਸ ਤੋਂ ਲਗਾਇਆ ਜਾ ਸਕਦਾ ਹੈ ਕਿ ਇਸ ਦੇ ਲਾਗੂ ਹੋਣ ਤੋਂ ਬਾਅਦ ਇਹ ਦੁਨੀਆ ਦੀ ਕੁੱਲ ਆਬਾਦੀ ਦੇ 45% ਹਿੱਸੇ ਨੂੰ ਆਪਣੇ ਪ੍ਰਭਾਵ ਹੇਠ ਲੈ ਲਵੇਗਾ ਅਤੇ ਇਹ ਪੂਰੇ ਵਿਸ਼ਵ ਦੇ ਕੁੱਲ ਘਰੇਲੂ ਉਤਪਾਦਨ ਦਾ 25% ਤੱਕ ਹੋ ਸਕਦਾ ਹੈ। ਇਸ ਸੰਧੀ ਰਾਹੀਂ ਪੂਰੇ ਵਿਸ਼ਵ ਦਾ 40% ਵਪਾਰ ਇਹਨਾਂ ਦੇਸ਼ਾਂ ਵਿਚਕਾਰ ਹੋਵੇਗਾ। ਇਹ ਸੰਧੀ 6 ਸਾਲਾਂ ਤੋਂ ਵਿਚਾਰ ਅਧੀਨ ਸੀ ਅਤੇ ਇਹ 3 ਥੰਮਾਂ 'ਤੇ ਕੇਂਦਰਿਤ ਹੈ, ਵਸਤਾਂ, ਸੇਵਾਵਾਂ ਅਤੇ ਨਿਵੇਸ਼। ਜਦੋਂ ਇਹ ਸਿਰੇ ਚੜ੍ਹੇਗੀ ਤਾਂ ਵਿਸ਼ਵ ਦਾ ਸਭ ਤੋਂ ਵੱਡਾ ਵਪਾਰਕ ਮੰਚ ਹੋਂਦ ਵਿੱਚ ਆ ਜਾਵੇਗਾ। RCEP ਕਿਸੇ ਤਰ੍ਹਾਂ ਆਮ ਚੋਣਾਂ ਦੇ ਨਤੀਜਿਆਂ ਨੂੰ ਪ੍ਰਭਾਵਿਤ ਨਹੀਂ ਕਰੇਗਾ, ਕਿਉਂਕਿ ਅਜੇ ਤੱਕ ਸਿਰਫ ਸਹਿਮਤੀ ਤੱਕ ਹੀ ਗੱਲ ਪਹੁੰਚੀ ਹੈ ਅਤੇ ਟੀਚਿਆਂ ਨੂੰ ਨਿਰਧਾਰਿਤ ਕਰਦਾ ਆਖਰੀ ਫੈਸਲਾ ਤਾਂ 2019 ਦੇ ਆਖਿਰ ਵਿੱਚ ਹੋਵੇਗਾ, ਕਿਉਂਕਿ ਭਾਰਤ, ਥਾਈਲੈਂਡ ਅਤੇ ਇੰਡੋਨੇਸ਼ੀਆ ਵਿੱਚ ਆਮ ਚੋਣਾਂ ਹੋਣ ਜਾ ਰਹੀਆਂ ਨੇ। ਇਸ ਲਈ ਕੋਈ ਵੀ ਦੇਸ਼ ਨਵੀਂ ਸਰਕਾਰ ਦੇ ਗਠਨ ਤੋਂ ਪਹਿਲਾਂ ਕੋਈ ਖਤਰਾ ਮੁੱਲ ਨਹੀਂ ਲੈਣਾ ਚਾਹੇਗਾ। ਇੱਕ ਭਾਰਤੀ ਰਾਜਦੂਤ ਨੇ ਇੱਕ ਖਬਰ ਏਜੰਸੀ ਨੂੰ ਕਿਹਾ ਹੈ ਕਿ ਜੇਕਰ ਘੱਟ ਕੀਮਤਾਂ ਵਾਲੇ ਸਮਝੌਤੇ ਦਾ ਐਲਾਨ ਹੁਣੇ ਕਰ ਦਿੱਤਾ ਜਾਵੇ ਤਾਂ ਕੇਂਦਰ ਸਰਕਾਰ ਡਿੱਗ ਜਾਵੇਗੀ। ਇਹ ਜਿਹੜੀ ਜਾਣਕਾਰੀ ਹੈ ਉੱਘੇ ਕਾਲਮ ਨਵੀਸ ਅਤੇ ਖੇਤੀਬਾੜੀ ਦੇ ਜਿਹੜੇ ਬਹੁਤ ਹੀ ਉੱਚ ਕੋਟੀ ਦੇ ਵਿਦਵਾਨ ਨੇ ਦਵਿੰਦਰ ਸ਼ਰਮਾ ਜੀ, ਉਹਨਾਂ ਦਾ ਇੱਕ ਜਿਹੜਾ ਲੇਖ ਛਪਿਆ ਅੱਜ ਦੇ ਅਖਬਾਰਾਂ ਵਿੱਚ, ਉੱਥੋਂ ਲੈ ਕੇ ਆਪ ਜੀ ਤੱਕ ਪਹੁੰਚਾਈ ਜਾ ਰਹੀ ਹੈ। ਰਿਪੋਰਟਾਂ ਦੇ ਅਨੁਸਾਰ ਭਾਰਤ ਵੱਲੋਂ 74% ਵਸਤਾਂ 'ਤੇ ਬਹੁਤ ਹੀ ਘੱਟ ਟੈਕਸ ਲਾਉਂਦੇ ਹੋਏ ਚੀਨ, ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਨਾਲ ਵਪਾਰਕ ਸਮਝੌਤੇ ਨੂੰ ਸਹਿਮਤੀ ਦੇਣ ਸੰਬੰਧੀ ਵਿਚਾਰਾਂ ਕੀਤੀਆਂ ਜਾ ਰਹੀਆਂ ਨੇ। ਇਹਨਾਂ ਵਪਾਰਕ ਨੀਤੀਆਂ ਦੇ ਅਧੀਨ ਵਸਤਾਂ ਦਾ ਆਦਾਨ ਪ੍ਰਦਾਨ ਘੱਟੋ ਘੱਟ 20 ਸਾਲ ਤੱਕ ਕੀਤਾ ਜਾਂਦਾ ਰਹੇਗਾ, ਪਰ ਚੀਨ ਭਾਰਤ ਨਾਲ 92% ਤੱਕ ਕਰ ਮੁਕਤ ਵਪਾਰ 'ਤੇ ਸਹਿਮਤ ਹੈ ਅਤੇ ਭਾਰਤ ਤੋਂ ਵੀ ਉਹ ਇਹਨਾਂ ਸ਼ਰਤਾਂ ਅਧੀਨ ਹੀ ਰਿਆਇਤਾਂ ਦੀ ਮੰਗ ਕਰਦਾ ਹੈ। ਇਹਨਾਂ ਸ਼ਰਤਾਂ ਦਾ ਸਭ ਤੋਂ
ਦੁਖਦਾਈ ਪਹਿਲੂ ਇਹ ਹੈ ਕਿ RCEP ਗੱਲਬਾਤ ਨੂੰ ਗੁਪਤ ਰੱਖਿਆ ਗਿਆ ਹੈ, ਇੱਥੋਂ ਤੱਕ ਕਿ ਕਿਸੇ ਵੀ ਸਮਾਜ ਸੇਵੀ ਸੰਸਥਾ ਅਤੇ ਸਨਅਤ ਨੂੰ ਵੀ ਇਸ ਵਿੱਚ ਹਿੱਸਾ ਲੈਣ ਦੀ ਇਜਾਜ਼ਤ ਨਹੀਂ ਹੈ। ਇਸ ਤੋਂ ਘਰੇਲੂ ਸਨਅਤ ਜ਼ਿਆਦਾ ਖੁਸ਼ ਨਹੀਂ, ਕਈ ਮੰਤਰੀ ਵੀ ਇਸ ਵਿਰੁੱਧ ਝੰਡਾ ਉਠਾ ਰਹੇ ਹਨ। ਪਿਛਲੇ ਸਾਲ ਚੀਨ ਵੱਲੋਂ ਭਾਰਤ ਨਾਲ ਕਰੀਬ $63 ਬਿਲੀਅਨ ਦੀਆਂ ਵਸਤਾਂ ਦਾ ਵਪਾਰ ਕੀਤਾ ਗਿਆ ਅਤੇ ਇਹ ਖਦਸ਼ਾ ਹੈ ਕਿ RCEP ਦੇ ਹੋਂਦ ਵਿੱਚ ਆਉਣ ਨਾਲ ਭਾਰਤ ਵਿੱਚ ਚੀਨੀ ਵਸਤਾਂ ਦਾ ਹੜ੍ਹ ਆ ਜਾਵੇਗਾ। ਅਤੇ ਹੁਣ ਇੱਕ ਨਿਰੀਖਣ ਕਰੀਏ ਕਿ ਕੁਝ ਦਾ ਅਤੇ ਕੀ ਕੁਝ ਲੱਗ ਰਿਹਾ ਹੈ। ਸਾਲ ਦਾ 176 ਮਿਲੀਅਨ ਟਨ ਦੇ ਉਤਪਾਦਨ ਨਾਲ ਭਾਰਤ ਦੁਨੀਆ ਦਾ ਸਭ ਤੋਂ ਵੱਡਾ ਦੁੱਧ ਪੈਦਾ ਕਰਨ ਵਾਲਾ ਦੇਸ਼ ਹੈ। ਮੌਜੂਦਾ ਸਮੇਂ ਦੁੱਧ ਅਤੇ ਦੁੱਧ ਦੀਆਂ ਵਸਤਾਂ 'ਤੇ ਦਰਾਮਦ ਡਿਊਟੀ 40-60% ਦੇ ਵਿਚਕਾਰ ਹੈ। ਇਸ ਕਾਰਨ ਭਾਰਤ ਦੀ ਡੈਰੀ ਸਨਅਤ ਨੂੰ ਵੱਡੀ ਹੱਦ ਤੱਕ ਸੁਰੱਖਿਆ ਪ੍ਰਦਾਨ ਹੁੰਦੀ ਸੀ। ਮੌਜੂਦਾ ਸਮੇਂ ਜਦੋਂ ਅਮਰੀਕਾ ਯੂਰਪ ਦੀ ਡੈਰੀ ਸਨਅਤ ਖਸਤਾ ਹਾਲਤ ਵਿੱਚ ਹੈ ਤਾਂ ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਦੇ ਸਸਤੇ ਦੁੱਧ ਲਈ ਭਾਰਤ ਦੇ ਦਰਵਾਜ਼ੇ ਖੋਲ੍ਹਣ ਨਾਲ ਇੱਥੋਂ ਦੇ ਇਸ ਕਿੱਤੇ ਨਾਲ ਜੁੜੇ ਲੋਕਾਂ 'ਤੇ ਵੱਡਾ ਪ੍ਰਭਾਵ ਪਵੇਗਾ। ਇਹ ਨਹੀਂ ਭੁੱਲਣਾ ਚਾਹੀਦਾ ਕਿ ਆਸਟ੍ਰੇਲੀਆ ਜਿਸ ਕੋਲ ਸਿਰਫ 6,300 ਡੈਰੀ ਕਿਸਾਨ ਨੇ ਅਤੇ ਨਿਊਜ਼ੀਲੈਂਡ ਜਿਸ ਦੇ 12,000 ਡੈਰੀ ਕਿਸਾਨ ਨੇ, ਦੋਵੇਂ ਦੇਸ਼ ਇਹਨਾਂ ਦੇ ਆਰਥਿਕ ਹਿੱਤਾਂ ਨੂੰ ਬਚਾਉਣ ਲਈ ਵੱਡੀ ਪੱਧਰ 'ਤੇ ਕੋਸ਼ਿਸ਼ਾਂ ਕਰ ਰਹੇ ਹਨ ਕਿ ਕਿਵੇਂ ਨਾ ਕਿਵੇਂ ਉਹਨਾਂ ਦੇ ਕਿਸਾਨ ਬਚੇ ਰਹਿਣ। ਮੌਜੂਦਾ ਸਮੇਂ ਖਾਣਯੋਗ ਤੇਲਾਂ 'ਤੇ ਟੈਕਸ ਘੱਟ ਹੋਣ ਕਾਰਨ ਅਤੇ ਇਹਨਾਂ ਦੀ ਭਾਰਤ ਵਿੱਚ ਹੋਈ ਬਹੁਤਾਤ ਕਾਰਨ ਇਹਨਾਂ ਦਾ ਭਾਰਤੀ ਉਤਪਾਦਨ ਖਿਸਕ ਕੇ ਦੂਜੇ ਨੰਬਰ 'ਤੇ ਆ ਗਿਆ ਹੈ। ਪਿਛਲੇ  3 ਸਾਲਾਂ ਤੋਂ ਦਾਲਾਂ 'ਤੇ 0% ਡਿਊਟੀ ਹੋਣ ਕਾਰਨ ਇੱਥੋਂ ਦੇ ਕਿਸਾਨਾਂ ਵੱਲੋਂ ਉਗਾਈਆਂ ਫਸਲਾਂ 'ਤੇ ਭਾਅ ਵੱਡੀ ਪੱਧਰ 'ਤੇ ਹੇਠਾਂ ਆ ਗਏ ਹਨ। ਆਸਟ੍ਰੇਲੀਆ ਤੋਂ ਕਣਕ ਦੀ ਦਰਾਮਦ ਜਿਹੜੀ ਭਾਰਤ ਪਿਛਲੇ ਕਈ ਸਾਲਾਂ ਤੋਂ ਘੱਟ ਟੈਕਸ ਦਰਾਂ 'ਤੇ ਚਾਹੁੰਦਾ ਹੈ, ਉਸ ਦਾ ਸਮਝੌਤਾ ਵੀ ਸਿਰੇ ਚੜ ਜਾਵੇਗਾ। ਵਿਸ਼ਵ ਵਪਾਰ ਸੰਸਥਾ ਦੇ ਦਬਾਅ ਕਾਰਨ ਘੱਟੋ ਘੱਟ ਸਮਰਥਨ ਮੁੱਲ ਵਾਲੀਆਂ ਫਸਲਾਂ ਕਣਕ, ਚੌਲ ਅਤੇ ਦਾਲਾਂ ਦੇ ਭਾਰਤ ਵਿੱਚ ਆਉਣ ਨਾਲ ਇੱਥੋਂ ਦੇ ਲੋਕ, ਖਾਸ ਕਰਕੇ ਜਿਹੜੇ ਖੇਤੀ 'ਤੇ ਨਿਰਭਰ ਕਰਦੇ ਹਨ, ਉਹਨਾਂ ਨੂੰ ਜ਼ਬਰਦਸਤ ਨੁਕਸਾਨ ਹੋਣ ਜਾ ਰਿਹਾ ਹੈ। ਅਸੀਂ ਹੈਰਾਨ ਹਾਂ ਕਿਉਂ ਖੇਤੀਬਾੜੀ ਨੂੰ RCEP ਦੇ ਦਾਇਰੇ ਤੋਂ ਬਾਹਰ ਰੱਖਿਆ ਨਹੀਂ ਜਾ ਸਕਦਾ। ਜੇਕਰ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਆਪਣੇ ਦੇਸ਼ ਦੇ ਲੋਕਾਂ ਦੀਆਂ ਨੌਕਰੀਆਂ ਬਚਾਉਣ ਲਈ 12 ਦੇਸ਼ਾਂ ਦੀ ਟਰਾਂਸ ਪੈਸੀਫਿਕ ਸੰਧੀ ਵਿੱਚੋਂ ਆਪਣਾ ਨਾਂ ਵਾਪਸ ਲੈ ਸਕਦੇ ਹਨ, ਤਾਂ ਭਾਰਤ ਨੂੰ ਵੀ ਆਪਣੀ ਭੋਜਨ ਸੁਰੱਖਿਆ ਲਈ ਦ੍ਰਿੜਤਾ ਦਿਖਾਉਣੀ ਚਾਹੀਦੀ ਹੈ। ਇਹ ਨਹੀਂ ਭੁੱਲਣਾ ਚਾਹੀਦਾ ਕਿ ਖਾਦ ਪਦਾਰਥਾਂ ਦੀ ਦਰਾਮਦ ਦੇ ਨਾਲ ਬੇਰੁਜ਼ਗਾਰੀ ਦੀ ਦਰਾਮਦ ਵੀ ਹੁੰਦੀ ਹੈ। ਇੱਕ ਸੰਵੇਦਨਸ਼ੀਲ ਖੇਤੀਬਾੜੀ ਹੀ ਕਿਸੇ ਅਰਥਚਾਰੇ ਨੂੰ ਮੁੜ ਮਜ਼ਬੂਤ ਬਣਾ ਸਕਦੀ ਹੈ, ਖਾਸ ਕਰਕੇ ਉਸ ਸਮੇਂ ਜਦੋਂ ਦੇਸ਼ ਨੂੰ ਨੌਕਰੀ ਰਹਿਤ ਵਿਕਾਸ ਦੀ ਸਥਿਤੀ ਦਾ ਸਾਹਮਣਾ ਹੋਵੇ। ਇਸ ਸਮਝੌਤੇ ਨਾਲ ਪੰਜਾਬ ਦੇ ਖੇਤੀ ਖੇਤਰ ਦੀ ਆਰਥਿਕਤਾ 'ਤੇ ਬਹੁਤ ਵੱਡੀ ਸੱਟ ਵੱਜੇਗੀ। ਅਜੇ ਵੀ ਪੰਜਾਬ ਸਰਕਾਰ ਕੋਲ ਸਮਾਂ ਕਿ ਉਹ RCEP ਸਮਝੌਤੇ ਅਧੀਨ ਲਾਗੂ ਹੋਣ ਵਾਲੀਆਂ ਵਪਾਰਕ ਸ਼ਰਤਾਂ ਨੂੰ ਜਾਣਨ ਲਈ ਇੱਕ ਅਧਿਐਨ ਸ਼ੁਰੂ ਕਰੇ ਅਤੇ ਕਿਸੇ ਵੀ ਕਿਸਾਨ ਖੇਤੀ ਵਿਰੋਧੀ ਸਮਝੌਤੇ ਦਾ ਵਿਰੋਧ ਕਰੇ। ਸੋ ਦੋਸਤੋ, ਇਹ ਸੀ ਜਾਣਕਾਰੀ। ਵੱਧ ਤੋਂ ਵੱਧ ਆਪਣੇ ਕਿਸਾਨ ਵੀਰਾਂ ਨਾਲ ਇਹਨੂੰ ਸਾਂਝੀ ਕਰੋ ਅਤੇ ਜਾਗਰੂਕ ਹੋਵੋ, ਅਤੇ ਵਪਾਰੀ ਵਰਗ ਜਾਂ ਕਿਸਾਨ ਯੂਨੀਅਨ ਜਿਹੜੀਆਂ ਨੇ ਉਹਨਾਂ ਦਾ ਸਭ ਦਾ ਰਲ ਮਿਲ ਕੇ ਸਾਥ ਦਈਏ ਤਾਂ ਕਿ ਜਿਹੜੀ ਕਿਸਾਨੀ ਹੈ ਅਜੇ ਵੀ ਹੋਰ ਕੁਝ ਸਾਲ ਬਚ ਸਕੇ। ਅਤੇ ਦਿਓ ਇਜਾਜ਼ਤ ਆਪਣੇ ਦੋਸਤ ਸਾਹਿਬ ਵਿਰਕ ਨੂੰ। ਬਹੁਤ ਬਹੁਤ ਧੰਨਵਾਦ।